ਜਿਸ ਦੀਆਂ ਸਾਰੀਆਂ ਜਿਸ ਦੀਆਂ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਪਹਿਲਾਂ ਇੱਕ ਕਾਗਜ਼ ਲਓ, ਕਾਗਜ਼ ਨੂੰ ਇੱਕ ਵਾਰ ਫੋਲਡ ਕਰੋ, ਉਸ ਨੂੰ ਦੂਸਰੀ ਵਾਰ ਵੀ ਫੋਲਡ ਕਰੋ, ਫਿਰ ਉਸ ਨੂੰ ਖੋਲ੍ਹੋ। ਖੋਲ੍ਹਣ ਤੋਂ ਬਾਅਦ ਉਸਨੂੰ ਵਿਚਕਾਰਲੀ ਰੇਖਾ ਉੱਤੇ ਰੱਖੋ, ਫਿਰ ਉਸਨੂੰ ਦੂਸਰੀ ਪਾਸੋਂ ਵੀ ਉਵੇਂ ਤਰ੍ਹਾਂ ਹੀ ਕਰੋ, ਫਿਰ ਉਸਨੂੰ ਫੇਰ ਕਰੋ। ਇਹ ਇੱਕ ਸਮ ਚਤੁਰਭੁਜ ਹੈ। ਇਸ ਦੀਆਂ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਹਨ।